ਗੁਰੂ ਵਾਹਿਗੁਰੂ ਵਾਹਿਗੁਰੂ ਜੁੜ ਜਾਓ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਮੂੰਹ ਤੋਂ ਕਹੋ ਕੰਨਾਂ ਤੋਂ ਸੁਣੋ ਵਾਹਿਗੁਰੂ 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 ਗਿੰਦੇ ਰਹੋ ਸਾਰੇ ਬੋਲਿਓ ਕੋਈ ਚੁੱਪ ਨਾ ਰਹਿ ਜਿਓ ਸਾਰੇ ਚੁੱਪੋ ਭਾਗਾਂ ਵਾਲੇ ਬੜਭਾਗੀਆਂ ਵਾਹਵਾ ਮੋਹ ਕਢਾਏ ਵੱਡੇ ਭਾਗਾਂ ਵਾਲਿਆਂ ਦੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਹੈ ਵਾਹਿਗੁਰੂ 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 ਸਿਰ ਨਵਾਓ ਸਿਰ ਨਵਾ ਕੇ ਸਾਰੇ ਪੜੋ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾ
ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਹਮਣੇ ਇੱਕ ਭਜਨ ਲਿਖਿਆ ਸੁਖਮਨੀ ਸਾਹਿਬ ਦਾ ਜਿਹੇ ਪ੍ਰਸਾਦ ਜਿਹੇ ਪ੍ਰਸਾਦ ਇਹਦਾ ਅਰਥ ਬਣਦਾ ਜਿਹਦੀ ਕਿਰਪਾ ਨਾਲ ਅਰੋਗ ਕੰਚਨ ਦੇਈ ਪੜਿਆ ਕਦੀ ਸੁਖਮਨੀ ਸਾਹਿਬ ਚ ਸ਼ਾਬਾਸ਼ ਤੁਸੀਂ ਵੀ ਚਿੱਟੇ ਦੁਮਾਲੇ ਵਾਲੇ ਵੀ ਪੜਿਆ ਨਾ ਇਹ ਸੁਖਮਨੀ ਸਾਹਿਬ ਚ ਵੀ ਜਿਹਦੀ ਕਿਰਪਾ ਨਾਲ ਤੇਰੀ ਦੇ ਅਰੋਗ ਸੋਨੇ ਵਰਗੀ ਕੰਚਨ ਦਾ ਮਤਲਬ ਸੋਨੇ ਵਰਗੀ ਜਿਹਦੀ ਕਿਰਪਾ ਹੋਈ ਤੇਰੇ ਤੇ ਤੇਰੀ ਦੇਹ ਨੂੰ ਕੋਈ ਰੋਗ ਨਹੀਂ ਲੱਗਾ ਹਾਂਜੀ ਚਸ਼ਮੇ ਵਾਲੀ ਭੈਣ ਪਰਲੀ ਕੀ ਕਹਿ ਰਿਹਾ ਮੈਂ ਸੁਣੋ ਨਾ ਪਵਿੱਤਰ ਹੋ ਕੇ ਜਾਓ ਇੱਥੇ ਸੁਣੀ ਸੱਚੀ ਬਾਣੀ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਗੁਰਦੁਆਰੇ ਦੇ ਅੰਦਰ ਕਥਾ ਹੋਣ ਲੱਗ ਪਏ ਕੀਰਤਨ ਹੋਣ ਲੱਗ ਪਏ ਸਾਰੇ ਇੰਦਰੇ ਬੰਦ ਕਰ ਲਿਆ ਕਰੋ ਕੇਵਲ ਕੰਨ ਖੋਲ ਦਿਆ ਕਰੋ ਕੰਨਾਂ ਨੂੰ ਖੁੱਲ੍ਹੇ ਛੱਡ ਦਿਓ ਅੱਖਾਂ ਬੰਦ ਕਰ ਲਓ ਜੀਭਾ ਬੰਦ ਕਰ ਲਓ ਹੱਥ ਸ਼ਾਂਤ ਕਰ ਲਓ ਪੈਰ ਸ਼ਾਂਤ ਕਰ ਲਓ ਕੰਨਾਂ ਨੂੰ ਸ਼ਾਂਤ ਕੰਨਾਂ ਨੂੰ ਖੋਲ੍ਹ ਕੇ ਕੇਵਲ ਸੁਣੋ ਆਹ ਬਚਨ ਸੁਣੋ ਹਾਂ ਜੈ ਪ੍ਰਸਾਦ ਅਰੋਗ ਕੰਚਨ ਦੇਈ ਬੋਲੋ ਇੱਕ ਵਾਰ ਭਲਾ ਅਰੋਗ ਅਰੋਗ ਰੋਗ ਤੋਂ ਰਹਿਤ ਪ੍ਰਸਾਦ ਮਨੇ ਕਿਰਪਾ ਕਿਸੇ ਦੀ ਤੇ ਕਿਰਪਾ ਹੋਈ ਹੈ ਸੱਜਣਾ ਨਹੀਂ ਤੇ ਉਹਨਾਂ ਲੋਕਾਂ ਨੂੰ ਪੁੱਛ ਜਿਹਨਾਂ ਨੂੰ ਕੈਂਸਰ ਹੋ ਗਿਆ ਚੇਤਾ ਕਰ ਨਹੀਂ ਤੇ ਚੱਲ ਏਮਸ ਵਿੱਚ ਚੱਲ ਵੇਖੀਏ ਇੱਥੋਂ ਦੇ ਹੋਰ ਬੇਅੰਤ ਆਪਾਂ ਹਸਪਤਾਲ ਵੇਹਨੇ ਹਾਂ ਜਿਹਨਾਂ ਦੇ ਵਿੱਚ ਹਾਏ 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 ਦੀਆਂ ਆਵਾਜ਼ਾਂ ਆ ਰਹੀਆਂ ਕਿਸੇ ਨੂੰ ਫੋੜਾ ਹੋ ਗਿਆ ਕੈਂਸਰ ਦਾ ਕਿਸੇ ਦੇ ਦਿਮਾਗ 'ਚ ਕਲੋੜ ਹੋ ਗਿਆ ਕਿਸੇ ਨੂੰ ਕੋਈ ਰੋਗ ਲੱਗ ਗਿਆ ਕਿਸੇ ਨੂੰ ਕੋਈ ਰੋਗ ਲੱਗ ਗਿਆ ਸੱਜਣਾ ਵੇਖ ਚੰਗੀ ਤਰ੍ਹਾਂ ਆਪਣੇ ਹੱਥਾਂ ਨੂੰ ਹਿਲਾ ਕੇ ਵੇਖ ਬੇਅੰਤ ਲੋਕ ਹੀ ਜਿਹਨਾਂ ਦੀਆਂ ਉਂਗਲੀਆਂ ਇਸ ਤਰ੍ਹਾਂ ਨਹੀਂ ਘੁੰਮਦੀਆਂ ਵਿੰਗੀਆਂ ਹੋ ਗਈਆਂ ਇਸ ਤਰ੍ਹਾਂ ਬੇਅੰਤ ਲੋਕ ਹੀ ਜਿਹਨਾਂ ਦੀਆਂ ਲੱਤਾਂ ਨਹੀਂ ਸਹੀ ਚੱਲਦੀਆਂ ਬੇਅੰਤ ਲੋਕ ਹੀ ਜਿਹਨਾਂ ਦੀਆਂ ਅੱਖਾਂ ਸਹੀ ਨਹੀਂ ਕੰਨ ਸਹੀ ਨਹੀਂ ਜੀਭਾਂ ਸਹੀ ਨਹੀਂ ਕਿਸੇ ਦੀ ਤੇ ਤੇਰੇ ਤੇ ਕਿਰਪਾ ਹੋਈ ਬੱਚੇ ਨੂੰ ਫੜੋ ਪੁੱਤ ਕਿਸੇ ਦੀ ਤੇ ਤੇਰੇ ਤੇ ਕਿਰਪਾ ਹੋਈ ਸਮਝ ਰਹੇ ਹੋ ਜੀ ਜੇ ਪ੍ਰਸਾਦ ਅਰੋਗ ਤੇਰੀ ਸੋਨੇ ਵਰਗੀ ਦੇਹ ਜਿਹਦੀ ਕਿਰਪਾ ਨਾਲ ਤੇਰਾ ਧਰਮ ਬਣਦਾ ਵੀ ਲਿਵ ਲਾਵੋ ਜਿਹਨਾਂ ਜਿਹਨਾਂ ਨੂੰ ਸੁਖਮਨੀ ਸਾਹਿਬ ਪੜ੍ਹਦੀ ਬੋਲੋ ਨਾ ਗੁਰੂ ਆਉਂਦੀ ਹੈ ਲਿਵ ਲਾਵੋ ਤੇ ਸੁਨੇਹੀ ਦਾ ਅਰਥ ਕਰ ਲੋਗੇ ਪਿਆਰ ਕਰਨ ਵਾਲਾ
ਪਿਆਰ ਕਰਨ ਵਾਲਾ, ਤੂੰ ਇੱਕ ਕਦਮ ਹੋ ਗਾ ਪਿਆਰ ਕਰਨ ਨੂੰ। ਭੈਣ ਫੇਰ ਉੱਥੇ ਹੀ ਮੈਂ ਕਹਿੰਦਾ ਸਾਂ, ਤੂੰ ਮੇਰੀ ਭੈਣ ਹੈ ਵੱਡੀ, ਮੈਂ ਕਹਿੰਦਾ ਸਾਂ ਵੀ ਜਦੋਂ ਸੁਣਨਾ ਹੈ ਨਾ ਉਦੋਂ ਅੱਖਾਂ ਦੀ ਜ਼ਰੂਰਤ ਨਹੀਂ ਗੀ, ਅੱਖਾਂ ਸ਼ਾਂਤ ਕਰ ਲਓ, ਐਂ ਬੈਜੋ ਕੇਵਲ ਸੁਣੋ, ਆਖੋ ਵਾਹਿਗੁਰੂ। ਜੇ ਤੁਸੀਂ ਇਹ ਵੇਖੋਗੇ ਵੀ ਮੱਥਾ ਟੇਕਣ ਕਿਹੜਾ ਆਇਆ, ਤੇ ਫਿਰ ਇਹ ਵੀ ਰੌਲਾ ਪਊਗਾ ਵੀ ਇਹਨੇ ਸੂਟ ਕਿਸ ਤਰ੍ਹਾਂ ਦਾ ਪਾਇਆ। ਇੱਧਰ ਹਾਜ਼ਰ ਰਹੋ ਜੀ, ਦੱਸੋ ਮੈਨੂੰ ਆਊਗਾ ਕਿ ਨਹੀਂ। ਜਦੋਂ ਤੁਸੀਂ ਕਿਸੇ ਨੂੰ ਕਹੋਗੇ ਵੀ ਕੌਣ ਮੱਥਾ ਟੇਕਣ ਆਇਆ, ਤੇ ਫਿਰ ਇਕੱਲਾ ਮੱਥਾ ਟੇਕਣ ਵਾਲੇ ਇਹਨਾਂ ਨੂੰ ਵੇਖੋਗੇ, ਇਹ ਵੀ ਵੇਖੋਗੇ ਇਹਨੇ ਪੱਗ ਕਿਸ ਰੰਗ ਦੀ ਵੱਧੀ ਹੈ, ਇਹਨੇ ਸੂਟ ਕਿਸ ਰੰਗ, ਰੌਲਾ ਪਊਗਾ ਕਿ ਨਹੀਂ। ਇਹਦੇ ਨਾਲੋਂ ਚੰਗਾ ਨਹੀਂ ਵੀ ਆਪਾਂ ਸੁਣਨ ਵੇਲੇ ਅੱਖਾਂ ਬੰਦ ਕਰ ਲਈਏ, ਤੇ ਜਾਂ ਫਿਰ ਅੱਖਾਂ ਨੂੰ ਇੱਕ ਜਗ੍ਹਾ ਤੇ ਜਾਮ ਕਰ ਦਈਏ ਵੀ ਵੇਖਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਣਾ। ਮੈਂ ਨਹੀਂ ਵੇਖਣਾ ਲੋਕਾਂ ਨੂੰ ਮੱਥਾ ਟੇਕਣ ਆਉਂਦਿਆਂ, ਚੰਗੇ ਨੇ ਭਲੇ ਨੇ ਸਤਸੰਗਤ ਵਿੱਚ ਆਏ ਨੇ। ਆਖੋ ਵਾਹਿਗੁਰੂ, ਰੱਜ ਕੇ ਬੋਲੋ। ਲਿਵ ਲਾਵੋ ਤਿਸਰਾਮ, ਸੁਨੇਹੀ ਦਾ ਅਰਥ ਹੈ ਪਿਆਰ ਕਰਨ ਵਾਲਾ। ਇੱਕ ਵਾਰ ਬੋਲੋ, ਕੌਣ ਸੱਚਮੁੱਚ ਇੰਨਾ ਪਿਆਰ ਕਰਦਾ? ਤੁਸੀਂ ਇੱਕ ਕਦਮ ਅੱਗੇ ਤੁਰੋ, ਉਹ ਕਰੋੜ ਕਦਮ ਤੁਹਾਡੇ ਵੱਲ ਪਿਆਰ ਕਰਦਾ ਤੁਰਦਾ ਹੈ, ਤੁਹਾਡੇ ਵੱਲ ਨੂੰ ਆਉਂਦਾ ਹੈ। ਚਰਨ ਸਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਅੱਗੇ ਹੋਏ ਲੇਤ ਹੈ ਤੂੰ ਇੱਕ ਕਦਮ ਤੇ ਵਧਾ। ਕਰਨਾ ਕਿਤੇ ਉਸ ਮਾਲਕ ਨਾਲ ਪਿਆਰ ਜਿਹਨੇ ਤੈਨੂੰ ਆਸ਼ਰਮ ਵਿੱਚ ਕਰ ਦਿੱਤਾ ਹੈ, ਕਰਨਾ ਉਸ ਮਾਲਕ ਨਾਲ ਪਿਆਰ ਜਿਹਨੇ ਤੈਨੂੰ ਭੋਗਲ ਵਿੱਚ ਕਰ ਦਿੱਤਾ ਹੈ। ਆਖੋ ਵਾਹਿਗੁਰੂ, ਜਿਹਨੇ ਤੈਨੂੰ ਮਹਾਰਾਣੀ ਬਾਗ ਵਿੱਚ, ਡਿਫੈਂਸ ਫਰੈਂਡਸ ਕਲੋਨੀਆਂ ਵਿੱਚ, ਗ੍ਰੇਟਰ ਕਲਾਸ਼ ਵਿੱਚ ਕਰ ਦਿੱਤੇ ਨੇ, ਉਹ ਭਲਿਆ ਪੁਰਸ਼ਾ ਕਦੀ ਉਹਨਾਂ ਲੋਕਾਂ ਨੂੰ ਵੇਖ ਜਿਹੜੇ ਨਾਲਿਆਂ ਤੇ ਕੁਟੀਆਂ ਪਾ ਕੇ ਬੈਠੇ, ਉਹਨਾਂ ਵੱਲ ਵੇਖ ਤੂੰ ਇੱਕ ਵਾਰ। ਇਹਨਾਂ ਬਚਨਾਂ ਦੇ ਵਿੱਚ ਮੇਰੇ ਸਤਿਗੁਰਾਂ ਨੇ ਜਿੱਥੇ ਇਹ ਆਖਿਆ ਉੱਥੇ ਕਿਹਾ ਜੈ ਪ੍ਰਸਾਦ ਬਸੇ ਸੁੱਖ, ਬੜੇ ਵੇਖ ਲੋਕੀ ਕਿਤੇ ਜਾ ਕੇ ਵੇਖ ਜਿਹੜੇ ਨਾਲਿਆਂ ਤੇ। ਮੈਂ ਵੀ ਇੱਥੇ ਦਿਨ ਕੱਟ ਕੇ ਗਿਆ ਬਾਲਾ ਸਾਹਿਬ, ਇੱਥੇ ਕੁਆਟਰ ਸੀ ਦਾਸ ਦਾ, ਇੰਨਾ ਮੱਛਰ ਇੱਕ ਨਾਲੇ ਤੇ, ਹੁਣ ਤੇ ਕਵਰ ਹੋ ਗਿਆ ਹੋਊਗਾ, ਨਾਲੇ ਤੇ ਇੰਨਾ ਮੱਛਰ ਸੀ, ਸਾਰੀ ਸਾਰੀ ਰਾਤ ਵੱਢ ਵੱਢ ਖਾਂਦਾ ਸੀ। ਤੈਨੂੰ ਫਰੈਂਡਸ ਕਲੋਨੀ ਵਿੱਚ ਘਰ ਮਿਲੇ, ਤੈਨੂੰ ਭੋਗਲ ਵਿੱਚ ਘਰ ਮਿਲੇ, ਉੱਥੇ ਮੱਛਰ ਦਾ ਪ੍ਰਕੋਪ ਨਹੀਂ, ਮਸ਼ੀਨਾਂ ਤੇਰੇ ਕੋਲ, ਏਸੀ ਤੇਰੇ ਕੋਲ, ਉਹ ਸ਼ੁਕਰ ਵਿੱਚ ਡੁੱਬ ਕੇ ਜਪ ਵਾਹਿਗੁਰੂ 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 ਵਾਹਿਗੁਰੂ। ਜੁੜ ਕੇ ਮੂੰਹ ਤੋਂ ਕਹਿ ਤੇ ਕੰਨਾਂ ਤੋਂ ਇਸੇ ਸ਼ਬਦ ਨੂੰ ਸੁਣ, ਵਾਹਿਗੁਰੂ 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 ਵਾਹਿਗੁਰੂ। ਜਿਉਂਦੇ ਰਹੋ। ਵਾਹਿਗੁਰੂ 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 ਵਾਹਿਗੁਰੂ। ਅੰਦਰਲਾ ਸ਼ੋਰ ਬੰਦ ਕਰਕੇ, ਅੰਦਰਲਾ ਸ਼ੋਰ ਬੰਦ ਕਰ, ਦੂਰ ਨਹੀਂ ਨੇੜੇ ਹੈ, ਬਿਲਕੁਲ ਨੇੜੇ, ਸਿਰਫ ਅੰਦਰਲਾ ਸ਼ੋਰ ਬੰਦ ਕਰਨਾ। ਵਾਹਿਗੁਰੂ 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 ਵਾਹਿਗੁਰੂ।
ਮਹਾਰਾਜ ਵੇਖਿਆ ਵਿਖਸੇ, ਵੇਖ ਕੇ ਖੁਸ਼ ਹੋ ਰਿਹਾ, ਮੇਰਾ ਔਲਾਦ ਨਾਮ ਜਪਣ ਲੱਗ ਪਈ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਟੇਕੇ ਸੁਣੋ, ਜੇ ਪ੍ਰਸਾਦ ਬਸੇ, ਸੁਖ ਮੰਦਰ ਬਸੇ ਨਹੀਂ ਬਸੇ, ਤੂੰ ਆਪਣੇ ਆਪ ਨੂੰ ਕਹਿ, ਬਾਣੀ ਪ੍ਰਭ ਕੀ ਆਪਣੇ ਆਪ ਨੂੰ ਕਹਿ ਤੂੰ। ਪਰਮਜੀਤ ਸਿੰਘਾ, ਮਨਜੀਤ ਸਿੰਘਾ, ਜਿਹਦੀ ਕਿਰਪਾ ਨਾਲ ਤੂੰ ਸੋਹਣੇ ਘਰਾਂ 'ਚ ਰਹਿ ਰਿਹਾ ਨਾ, ਤੇਰਾ ਦਾਇਤ ਬਣਦਾ, ਤੇਰੀ ਡਿਊਟੀ ਬਣਦੀ ਵੀ ਕਿਸੇ ਧਿਆਏ ਸਦਾ ਮਨ ਅੰਦਰ, ਉਸ ਘਰ ਦੇ ਵਿੱਚ ਰਹਿ ਰਾਤ ਸਭ ਪੜਿਆ ਕਰ, ਅੱਖ ਵਾਹਿਗੁਰੂ, ਸ਼ਾਮਾਂ ਪੈਂਦੀਆਂ ਨੇ ਤੇ ਉਸ ਘਰ ਦੇ ਵਿੱਚ। ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ, ਰੋਜ਼ ਮੰਗਿਆ ਕਰ, ਰੋਜ਼ ਮੰਗਿਆ ਕਰ, ਹਮ ਕੀਰੇ ਕਰ ਦਇਆ ਨਾਮ ਪਰ ਮੇਰੇ ਮੀਤ ਗੁਰਦੇਵ ਮੋਕੋ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਹਰ ਨਾਮ ਮਿਲੇ ਮਿਲ। ਸਿੱਖਾ ਕਿਹਾ ਕਰ ਰੋਜ਼ ਤੇਰੇ ਘਰ ਵਿੱਚ ਦੁੱਖ ਨਾ ਵੰਡ, ਆਖੋ ਵਾਹਿਗੁਰੂ। ਸੱਚੀ ਮੁੱਚੀ ਇਸ ਤਰ੍ਹਾਂ ਲਿਖਿਆ ਵੀ ਗੁਰ ਕਾ ਸ਼ਬਦ ਰਖਵਾਰੇ ਤੇ ਚੌਂਕੀ ਚੌਗਿਰਦ ਹੋਣਾ, ਜਿਨ੍ਹਾਂ ਘਰਾਂ ਦੇ ਵਿੱਚ ਕੋਈ ਰਹਿ ਰਾਤ ਸਾਹਿਬ ਪੜ੍ਹਦਾ ਹੈ ਨਾ, ਉਹਨਾਂ ਘਰਾਂ 'ਚ ਦੁੱਖ ਨਹੀਂ ਵੜਦੇ। ਕੀ ਕਿਹਾ ਭੈਣ ਮੈਂ, ਜਿਨ੍ਹਾਂ ਘਰਾਂ 'ਚ ਕੋਈ ਰਹਿ ਰਾਤ ਸਾਹਿਬ ਦੀ ਬਾਣੀ ਪੜ੍ਹਦਾ ਹੈ, ਤੁਸੀਂ ਇਹਨਾਂ ਸ਼ਬਦਾਂ ਤੋਂ ਬਾਅਦ ਪੜ੍ਹੋ, ਹਾਂ ਹਮਰੀ ਕਰੋ, ਤੇ ਤੁਸੀਂ ਕਹੋਗੇ ਤੇ ਮੰਨੂ ਨਹੀਂ। ਇੱਕ ਵਾਰ ਭਾਰ ਪਾਓ ਆਪਣੇ ਤੇ, ਕਵੇ ਸਿੱਖ ਤੇ ਗੁਰੂ ਮੰਨੇ ਨਾ, ਤੂੰ ਕਹਿ ਨਾ ਇੱਕ ਵਾਰ ਹਮਰੀ ਕਰੋ, ਪੂਰਨ ਹੋਏ ਤੂੰ ਕਹਿ ਤੇ ਸਹੀ ਇੱਕ ਵਾਰ ਇਹਨੂੰ, ਤਬ ਚਰਨਨ ਮਨ ਵੇਖੀ ਉਸ ਵੇਲੇ ਲਾਜ ਰੱਖਦਾ, ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ, ਹਮਰੇ ਦੁਸ਼ਟ ਆ ਜਿੰਨੇ ਤੈਨੂੰ ਦੁਸ਼ਟ ਚਮੜੇ, ਤੇਰੀ ਰੋਜ਼ ਬੇਪਤੀ ਹੋ ਰਹੀ, ਇਸ ਸਰੂਪ ਦੀ ਹੋ ਰਹੀ, ਕਿਤੇ ਕੋਈ ਪੱਗ ਲਾ ਦਿੰਦਾ, ਕਦੀ ਕੋਈ ਦਾੜੇ 'ਚ ਹੱਥ ਪਾ ਲੈਂਦਾ, ਕਦੀ ਸਿੱਖੀ ਦੀ ਬੇਇੱਜ਼ਤੀ ਹੋ ਰਹੀ, ਕਿਤੇ ਗੁਰੂ ਸਾਹਿਬ ਤੱਕ ਵੀ ਲੋਕੀ ਹੱਥ ਪਾਉਣ ਪੈ ਗਏ ਨੇ, ਮਹਾਰਾਜ ਦੀ ਬੇਅਦਬੀ ਕਰ ਦਿੰਦੇ ਲੋਕੀ, ਇਹ ਦੁਸ਼ਟ ਲੋਕਾਂ ਲਈ ਤੂੰ ਕਹਿਣਾ ਛੱਡਤਾ ਏ, ਸੱਚਮੁੱਚ ਤੂੰ ਬੰਦ ਕਰਤਾ ਹੈ ਕਹਿਣਾ ਹਮਰੇ ਦੁਸ਼ਟ। ਅਸੀਂ ਨਾ ਭਾਵੇਂ ਕਰੀਏ, ਤੂੰ ਕਰ ਘਾਵੋ, ਮੈਨੂੰ ਮਾਰ ਦਿਓ, ਘਾਤ ਕਰ ਦਿਓ,
ਕਿਹਨਾਂ ਦਾ ਜੀ? ਦੁਸ਼ਟਾਂ ਦਾ, ਜਿਹੜੇ ਮਹਾਰਾਜ ਸਿੱਖ ਦੇ ਸਰੂਪ ਤੱਕ ਤੇ ਤੁਹਾਡੇ ਸਰੂਪ ਤੱਕ ਵੀ ਹੱਥ ਚੁੱਕਦੇ ਨੇ। ਹਮਰੇ ਦੁਇਟ ਸਭੇ ਤੁਮ ਆਪ, ਕਦੀ ਕਹਿੰਦਾ ਮੇਰੀ ਧੀ ਨੀ ਠੀਕ, ਕਦੀ ਕਹਿੰਦਾ ਮੇਰਾ ਪੁੱਤਰ ਠੀਕ ਨਹੀਂ, ਕਦੀ ਕਹਿੰਦਾ ਮੇਰੀ ਸੱਸ ਠੀਕ ਨਹੀਂ, ਕਦੀ ਕਹਿੰਦਾ ਮੇਰਾ ਸਹੁਰਾ ਠੀਕ ਨਹੀਂ। ਤੇਰੇ ਪਰਿਵਾਰ ਦੀਆਂ ਸ਼ਿਕਾਇਤਾਂ ਰੋਜ਼ ਰਹਿੰਦੀਆਂ, ਮੇਰਾ ਸਹੁਰਾ ਬਿਮਾਰ, ਮੇਰਾ ਪੁੱਤਰ। ਇੱਕ ਵਾਰ ਕਹਿ ਤੇ ਸੀ ਬਾਪੂ ਨੂੰ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਗੋ ਗੁਰ ਸਿੱਖ ਕੀ ਗੁਰ ਦੁਰਮਤ ਮਲ ਭਰੇ, ਗੁਰਬਚਨੀ ਹਰ। ਵੇਖ ਕੀ ਲਿਖਿਆ ਜੀ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ। ਹੋਰ ਵੇਖ, ਸਤਿਗੁਰ ਸਿੱਖ ਕਾ ਹਲਤ, ਹੋਰ ਕੀ ਮੰਗਦਾ ਹੈ, ਹੋਰ ਕੀ ਮੰਗਦਾ ਹੈ। ਵੇਖ ਕਿੰਨੀਆਂ ਬਖਸ਼ਾਂ ਨਾਲ ਭਰਤੀ ਝੋਲੀ ਇੱਕ ਪਦੇ ਦੇ ਵਿੱਚ ਗੁਰੂ ਸਾਹਿਬ ਨੇ। ਅੱਖ ਵਾਹਿਗੁਰੂ, ਸਤਿਗੁਰ ਸਿੱਖ ਕਾ ਹਲਤ, ਹਲਤ ਪਲ ਦਾ ਮਤਲਬ ਹੁੰਦਾ ਇਹ ਦੁਨੀਆ ਵੀ ਤੇ ਅਗਲੀ ਦੁਨੀਆ ਵੀ, ਗੁਰੂ ਸਵਾਰ ਦਿੰਦਾ ਹੈ। ਗੁਰੂ ਨਾਲ ਜੁੜ ਕੇ ਤੇ ਵੇਖੋ। ਅੱਖ ਵਾਹਿਗੁਰੂ, ਸਤਿਗੁਰ ਸਿੱਖ ਕਾ ਹਲਤ, ਨਾਨਕ ਸਤਿਗੁਰ ਸਿੱਖ ਕੋ, ਸਿੱਖ ਕੋ ਜੀ ਨਾਲ ਸਮਾਰਿਆ। ਕਲੇਜੇ ਨਾਲ ਆ ਕੇ ਰੱਖਦਾ, ਇਹਦਾ ਅਰਥ ਬਣਦਾ, ਲਾਲ ਪੱਗ ਵਾਲੇ ਮੇਰੇ ਵੱਲ ਵੇਖ, ਇਹਦਾ ਅਰਥ ਇਹ ਬਣਦਾ ਵੀ ਸਤਿਗੁਰੂ ਸਿੱਖ ਨੂੰ ਕਲੇਜੇ ਨਾਲ ਲਾ ਕੇ ਰੱਖਦੇ। ਅੱਖ ਵਾਹਿਗੁਰੂ, ਜੇ ਤੁਸੀਂ ਰੋਜ਼ ਕਹੋਗੇ ਸੁਖੀ ਬੱਸੈ ਮੋਰੋ ਪਰਿਵਾਰਾ, ਮੋਰ ਅੱਛਾ ਨਿਜ ਮੈਨੂੰ ਨੀ ਗਾ, ਬੋਲੋ ਨਾ ਗੁਰੂ ਕਿਸ ਕੋ। ਇੱਕ ਵਾਰ ਮੇਰੀਆਂ ਧੀਆਂ ਦੱਸਣ ਖੁੱਲ ਕੇ, ਪਿਓ ਮੰਨਦਾ ਨੀ ਧੀ ਦੀ, ਗੁਰੂ ਮੰਨਦਾ ਨੀ ਸਿੱਖ ਦੀ, ਤੂੰ ਬੇਨਤੀ ਤੇ ਕਰ ਕਿਤੇ। ਇਹਦਾ ਨਾ ਹੀ ਕੱਬਿਓ ਬਾਚ ਬੇਨਤੀ ਚੋ ਪਈ, ਕਿਤੇ ਪੜ੍ਹ ਕੇ ਕਰਿਆ ਕਰ। ਜਦੋਂ ਰਹਿ ਰਾਜ ਸਾਹਿਬ ਦੀ ਬਾਣੀ ਪੜੇਗਾ ਗੁਰੂ ਕਿਆ ਸਿੱਖਰਾ, ਤੇ ਰੋਜ਼ ਤੇਰੇ ਹੱਥ ਜੁੜਨਗੇ। ਕਾਹੇ ਰੇ ਮਨ ਚਿਤਵੇਂ ਉਦਮ, ਜਾਂ ਆਹਰ ਹਰ ਜੀਓ ਸੈਲ ਪੱਥਰ ਮੈਂ ਜੰਤ। ਉਹ ਤੂੰ ਐਵੇਂ ਡਰੀ ਜਾਂਦਾ, ਤੂੰ ਤਿੰਨ ਜਾਣੇ ਪੈਦਾ ਕਰਕੇ, ਤਿੰਨ ਜਾਣੇ ਪੈਦਾ ਕਰਕੇ, ਤਿੰਨ ਨਿਆਣੇ ਪੈਦਾ ਕਰਕੇ ਕਿੰਨਾ ਹੈ ਪਰਿਵਾਰ ਦਾ, ਕਿਸ ਤਰ੍ਹਾਂ ਕਰੂ? ਉਧਰ ਪੜ ਬਾਬੇ ਨੂੰ, ਸੈਲ ਪੱਥਰ ਮੈਂ ਜੰਤੇ ਉਪਾਏ, ਰਿਜਕ ਅਗੇ ਕਰ ਉਡੇ ਊਡ ਆਵੇ ਸੈ ਕੋਸਾ। ਅੱਗੇ ਪੜ, ਜਰਾ ਸਮਝ ਕੇ ਪੜ, ਤਿਸ ਪਾਸੈ ਤਿੰਨ ਕਵਣ ਖਲਾਵੇ ਕਵਣ ਚਗਾਵੇ। ਕੀ ਕਰਦੇ ਨੇ? ਵਾਹਿਗੁਰੂ 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 ਵਾਹਿਗੁਰੂ, ਮਨ ਮੈਂ ਸਿਮਰਨ ਕਰਿਆ, ਵਾਹਿਗੁਰੂ 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 ਗੁਰੂ 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 ਗੁਰੂ। ਉਹ ਬੱਚੇ ਵੀ ਇਤਰਾ ਵਾਜਾ ਮਾਰਦੇ ਮਾਂ ਪਿਓ ਨੂੰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਵਿੱਚ ਕੋਈ ਬਾਣੀ ਦਾ ਹੋਰ ਪ੍ਰੇਮੀ ਡੂੰਘਾ ਹੋਵੇ, ਜੈਸੇ ਗਗਨ ਫਰੰਤੀ ਊੜਤੀ ਕੱਪੜੇ ਬਾਗੇ ਵਾਲੀ, ਇਹਦਾ ਬਹੁਤਿਆਂ ਨੂੰ ਨੀ ਪਤਾ,
ਇੱਕ ਜਾਨਵਰ ਹੈ ਜਿਹੜਾ ਬੱਗੇ ਖੰਭਾਂ ਵਾਲਾ ਅਤੇ ਅਸਮਾਨ 'ਤੇ ਉੱਡਦਾ ਹੈ, ਉਹਦੀ ਗੱਲ ਕੀਤੀ। ਕੱਪਰੇ ਬਾਗੇ ਵਾਲੀ ਚਿੱਟੇ ਖੰਭਾਂ ਵਾਲੀ ਅਸਮਾਨ 'ਚ ਉੱਡਦੀ, ਉਹ ਰਾਖੇ ਚੀਤ ਪਿੱਛੇ ਵਿੱਚ ਬਛਰੇ ਉੱਥੇ ਉੱਡਦੀ ਹੋਈ ਆਪਣੇ ਬੱਚੇ ਦੇ ਵਿੱਚ ਧਿਆਨ ਰੱਖਦੀ। ਅਤੇ ਮੇਰੇ ਸਤਿਗੁਰਾਂ ਨੇ ਅੱਗੇ ਲਿਖਿਆ, ਤਿਉਂ ਸਤਿਗੁਰ ਸਿੱਖ ਰਾਖਤਾ, ਇਤਨਾ ਜਿਤਨਾ ਉਹ ਆਪਣੇ ਬੱਚੇ ਧਿਆਨ ਰੱਖਦੀ, ਇਤਨਾ ਗੁਰੂ ਕਿਤੇ ਵੀ ਬੈਠਾ ਹੋਵੇ ਆਪਣੇ ਸਿੱਖ ਵਿੱਚ ਧਿਆਨ ਰੱਖਦਾ, ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ। ਗੁਰੂ ਕਿਆ ਸਿੱਖਾ, ਉਡੇ ਉਡੇ ਆਵੇ ਸੈ ਕੋਸਾ ਤਿਸ ਪਾਛੇ ਬਛਰੇ ਤਿੰਨ ਕਵਣ ਖਿਲਾਵੇ ਕਵਣ ਜਗਾਵੇ। ਕੀ ਕਰਦੇ ਨੇ, ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਇੱਕ ਵਾਰ ਕਹੋ ਤੇ ਸਹੀ, ਉਸ ਭਰੋਸੇ ਨਾਲ ਕਰੋ ਨਾ, ਗੁਰੂ ਕਰੂਗਾ ਪ੍ਰਤਪਾਲਣਾ। ਵਾਹਿਗੁਰੂ 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 ਬੰਦ ਨਾ ਰਹਿ ਜੇ ਹੁਣ ਸੰਗਤ ਚ ਬਹਿ ਕੇ ਸਾਰੇ ਬੋਲੋ। ਇਹ ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲਾ ਹੈ, ਕਿਹੜਾ ਚੁੱਪ ਰਹਿ ਗਿਆ ਕਿਹੜਾ ਬੋਲ ਰਿਹਾ। ਮੇਰੀ ਨਿਗਾਹ ਨਾ ਪੈਂਦੀ, ਉਹ ਇਸ ਮਾਲਕ ਦੀ ਪੈਂਦੀ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ। ਵਾਹਿਗੁਰੂ 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 ਇੱਕ ਛੋਟਾ ਜਿਹਾ ਬੱਚਾ ਤੇਰੇ ਬੱਚੇ ਨਾਲੋਂ ਥੋੜਾ ਜਿਹਾ ਵੱਡਾ ਆਪਣੇ ਪਿਓ ਦੀ ਉਂਗਲ ਫੜ ਕੇ ਮੇਲਾ ਵੇਖਣ ਚੱਲੇ। ਧਿਆਨ ਦਿਓ ਜੀ, ਆਪਣੇ ਬਾਪ ਦੀ ਉਂਗਲ ਫੜ ਕੇ ਕੀ ਕਰਨ ਚਲੇ ਗਿਆ। ਤੁਸੀਂ ਵੀ ਜਿੱਦਣ ਇਸ ਧਰਤੀ ਤੇ ਆਏ ਹੋ ਨਾ ਆਹ ਮੇਲਾ ਵੇਖਣ, ਉਦਣ ਤੁਹਾਡੇ ਮੂੰਹ ਦੇ ਵਿੱਚ ਵਾਹਿਗੁਰੂ 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 ਬਾਪ ਦੀ ਉਂਗਲ ਸੀ। ਇਹ ਵਾਹਿਗੁਰੂ ਦਾ ਨਾਮ ਕੀ ਸੀ? ਬਾਪ ਦੀ। ਤੇ ਜੇ ਤੇ ਬਾਪ ਦੀ ਉਂਗਲ ਫੜ ਕੇ ਬੱਚਾ ਮੇਲਾ ਵੇਖੇ, ਫਿਰ ਤੇ ਖਤਰਾ ਕੋਈ ਨਹੀਂ। ਕਿੰਨੇ ਚੋਰ ਹੋਣ, ਕਿੰਨੇ ਡਾਕੂ ਹੋਣ, ਕਿੰਨੇ ਲੁਟੇਰੇ ਹੋਣ, ਉਹਨੂੰ ਡਰ ਕਿਸੇ ਗੱਲ ਦਾ ਨਹੀਂ, ਕਿਉਂਕਿ ਮੈਂ ਪਿਓ ਦੀ ਉਂਗਲ ਫੜੀ ਤੇ ਪਿਓ ਮੇਰਾ ਰਾਖਾ ਹੈ। ਕੋਈ ਬੰਦਾ ਮੇਰੀ ਬਾਹ ਫੜ ਕੇ ਇੱਧਰ ਉੱਧਰ ਨਹੀਂ ਖੜ ਸਕਦਾ। ਲੰਮਾ ਪੈ ਜੂਗਾ ਸਮਾਂ, ਆਖੋ ਵਾਹਿਗੁਰੂ। ਇੰਨਾ ਕੁ ਕਹਿੰਦਾ ਵੀ ਜਿਹੜੇ ਬੱਚੇ ਆਪਣੇ ਪਿਓ ਦੀ ਉਂਗਲ ਛੱਡ ਦਿੰਦੇ ਮੇਲੇ ਚ, ਪਰਮੇਸ਼ਰ ਤੇ ਭੁੱਲਿਆ। ਜਿਹੜੇ ਉਂਗਲ ਛੱਡ ਗਏ, ਮੈਂ ਕੀ ਦੱਸਿਆ ਉਂਗਲ ਕਿਹੜੀ ਹੈ? ਨਹੀਂ ਨਹੀਂ ਨਹੀਂ, ਵਾਹਿਗੁਰੂ ਸ਼ਬਦ। ਮਾਂ ਦੇ ਪੇਟ ਵਿੱਚ ਜਦੋਂ ਆਇਆ ਸੀ ਨਾ ਮਾਂ ਦੇ ਪੇਟ ਵਿੱਚੋਂ, ਤੇ ਜਿਹੜਾ ਮੈਂ ਵਾਹਿਗੁਰੂ ਵਾਹਿਗੁਰੂ ਸਵਾਸ ਸਵਾਸ 9 ਮਹੀਨੇ ਅੰਦਰ ਵੀ ਜਪਦਾ ਸਾਂ,
ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਭੈਣਾਂ ਧੀਆਂ ਨੂੰ, 9 ਮਹੀਨੇ ਤੱਕ ਬੱਚੇ ਦਾ ਸਿਮਰਨ ਚੱਲਦਾ ਹੈ, ਤੁਹਾਡੀ ਗੋਦ ਵਿੱਚ ਵੀ ਚੱਲਦਾ, ਅੰਦਰ ਵੀ ਚੱਲਦਾ ਸੀ, ਇੱਥੇ ਆਣ ਕੇ ਵੀ ਚੱਲਦਾ 9 ਮਹੀਨੇ। ਤੁਸੀਂ ਕਿਸੇ ਛੋਟੇ ਜਿਹੇ ਪਚੰਗੀ ਨੂੰ ਜਿਹਦੀ ਉਮਰ ਸਾਲ ਦੀ ਨਹੀਂ ਅਜੇ ਹੋਈ, 9 ਕੁ ਮਹੀਨਿਆਂ ਤੋਂ ਥੱਲੇ ਦੀ ਆ, ਰੋਂਦਾ ਹੈ, ਕਿਸੇ ਗੱਲੋਂ ਰੋ ਪਿਆ। ਅੱਜ ਹੀ ਜਹਾਜ਼ ਵਿੱਚ ਕਿਸੇ ਦਾ ਬੱਚਾ ਰੋਂਦਾ ਸੀ, ਮੈਂ ਕਿਹਾ ਮੈਨੂੰ ਫੜਾ ਦਿਓ, ਅੱਖ ਵਾਹਿਗੁਰੂ। ਉਹਨੂੰ ਫੋਨ ਫੜਾਉਂਦੇ ਸੀ, ਉਹ ਫੋਨ ਪਵਾ ਕੇ ਸੁੱਟ ਦਿੰਦਾ ਸੀ, ਫਿਰ ਵੀ ਭਾਗਾਂ ਵਾਲਾ ਸੀ, ਚੁੱਪ ਨਹੀਂ ਸੀ ਕਰਦਾ। ਮੈਂ ਕਿਹਾ ਮੈਨੂੰ ਫੜਾ ਦਿਓ, ਕਿੰਨੇ ਚਿਰ ਦਾ ਹੈ? ਕਹਿੰਦੀ ਜੀ 4 ਕੁ ਮਹੀਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਨੂੰ ਫੜਾਓ। 2 ਕੁ ਮਿੰਟ ਲਈ ਉਸ ਬੱਚੇ ਨੂੰ ਹੱਥਾਂ 'ਚ ਫੜਿਆ ਅਤੇ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਰਸਤਾ ਅੰਮ੍ਰਿਤਸਰ ਤੋਂ ਲੈ ਕੇ 15-20 ਮਿੰਟ ਗਿਜਰੇ ਸੀ ਜਦੋਂ ਰੋਣਾ ਸ਼ੁਰੂ ਕੀਤਾ। ਉਹ ਬੱਚਾ ਲੋਚਦਾ ਸੀ, ਰੋਣੋ ਬੰਦ ਹੋ ਗਿਆ, ਬੁੱਲ ਉਹਦੇ ਇਤਰਾਂ ਇਤਰਾਂ ਕਰਦੇ ਸੀ, ਉਹ ਲੋਚਦਾ ਸੀ ਮੈਨੂੰ ਕੁ ਹੱਥਾਂ 'ਚ ਲੈ ਕੇ ਉਹ ਗੱਲ ਚੇਤੇ ਕਰਾਵੇ ਜਿਹੜੀ ਮੈਂ 9 ਮਹੀਨੇ ਜਪਦਾ ਹਾਂ, ਜਿਹੜਾ ਆਨੰਦ ਮੈਂ 9 ਮਹੀਨੇ ਲੈ ਕੇ ਆਇਆ। ਕਾਸ਼ ਕਿਤੇ ਇੱਥੇ ਮੇਰੀ ਮਾਂ ਵੀ ਮੈਨੂੰ ਨਾਮ ਜਪਾਉਂਦੀ, ਕਾਸ਼ ਕਿਤੇ ਇੱਥੇ ਮੇਰੀ ਚਾਚੀ ਮੈਨੂੰ ਨਾਮ ਜਪਾਉਂਦੀ, ਮੇਰੀ ਮਾਸੀ ਮੈਨੂੰ ਨਾਮ ਜਪਾਉਂਦੀ। ਕੋਈ ਨਹੀਂ ਜਪਾਉਂਦਾ, ਕੋਈ ਕਹਿੰਦਾ ਮੇਰਾ ਭਣੇਵਾ ਹੈ, ਮੂੰਹ ਚੁੰਮਣਾ ਸ਼ੁਰੂ ਕਰਤਾ, ਕੋਈ ਹੱਥ ਚੁੰਮਣਾ ਸ਼ੁਰੂ ਕਰਤਾ, ਕਿਸੇ ਨੇ ਖਿਡੌਣਾ ਫੜਾਤਾ, ਕਿਸੇ ਨੇ ਰੁਪਈਏ ਫੜਾਤੇ, ਇਸ ਤਰ੍ਹਾਂ ਨਹੀਂ। ਮੈਂ ਆਪ ਜੀ ਨੂੰ ਇਹ ਬੜਾ ਗੁਰਬਾਣੀ ਦੇ ਅਧਿਐਨ ਦੇ ਉੱਤੇ ਕਹਿੰਦਾ ਵੀ ਜਿੰਨਾ ਚਿਰ ਇਸ ਬੱਚੇ ਦੀ ਤੁਹਾਡੇ ਦੀ 9 ਮਹੀਨੇ ਉਮਰ ਨਹੀਂ ਹੋਈ, ਉਹਨਾਂ ਚਿਰ ਅੰਦਰੋਂ ਇਹਦਾ ਸੰਬੰਧ ਨਹੀਂ ਟੁੱਟਾ। ਕਿੰਨੇ ਚਿਰ? 9 ਮਹੀਨਿਆਂ ਤੋਂ ਬਾਅਦ ਫਿਰ ਇਹਦਾ ਸੰਬੰਧ ਟੁੱਟਦਾ ਉਸ ਗੱਲ ਤੋਂ, ਕਿਉਂਕਿ ਅੰਦਰ ਵੀ ਕਿੰਨੇ ਮਹੀਨੇ ਜਪ ਕੇ ਆਇਆ? 9 ਮਹੀਨੇ ਜਪ ਕੇ ਆਇਆ। ਅੱਖ ਵਾਹਿਗੁਰੂ, ਸਾਸ ਸਾਸ ਸੰਭਾਲੇ ਸੋਈ ਲਿਖਿਆ ਉੱਥੇ ਗੁਰਬਾਣੀ 'ਚ, ਸਵਾਸ ਸਵਾਸ ਸਿਮਰਨ ਕਰਦਾ ਸੀ ਮਾਂ ਦੇ ਪੇਟ ਵਿੱਚ। ਹੁਣ ਇਹਨੂੰ ਬਾਹਰੋਂ 9 ਮਹੀਨਿਆਂ ਦੇ ਵਿੱਚ ਉਹ ਖੁਰਾਕ ਨਹੀਂ ਮਿਲਦੀ ਜਿਹੜੀ ਚੀਜ਼ ਇਹਦੀ ਚੱਲਣ ਡਈ ਸੀ, ਮਨ ਮੈਂ ਸਿਮਰਨ ਕਰਿਆ, ਉਹ ਜਿਹੜਾ ਅੰਦਰ ਸਿਮਰਨ ਚੱਲਣ ਡਿਆ ਉਹ ਸਿਮਰਨ ਬਾਹਰ ਆਣ ਕੇ ਬੰਦ ਹੋ ਗਿਆ। ਫਿਰ ਇੰਨੀਆਂ ਕੱਚੀ ਜੀ ਉਮਰ ਦੇ ਵਿੱਚ ਹੀ ਇਹਨੂੰ ਫੋਨ ਚੰਗਾ ਲੱਗਣਾ ਸ਼ੁਰੂ ਹੋ ਗਿਆ, ਇਹਨੂੰ ਮਾਸੀ ਚਾਚੀ ਨਾਨੀ ਉਹਨਾਂ ਦੇ ਹੱਥਾਂ 'ਚ ਖਿੱਚਣਾ ਸ਼ੁਰੂ ਕਰਤਾ। ਮੇਰੀ ਹੱਥ ਜੋੜ ਕੇ ਬੇਨਤੀ, ਜਿਹੜੀਆਂ ਧੀਆਂ ਜਿਹੜੇ ਮੇਰੇ ਵੀਰ ਪਿਆਰ ਨਾਲ ਸੁਣਦੇ ਨੇ, ਆਪੋ ਵਾਹਿਗੁਰੂ, ਤੁਹਾਨੂੰ ਸਾਰਿਆਂ ਨੂੰ ਤਰਲਾ ਹੈ ਆਪਣੇ ਬੱਚਿਆਂ ਨੂੰ। ਜਿਹੜਾ ਬੱਚਾ ਤੁਹਾਡੇ ਘਰ ਪੈਦਾ ਹੁੰਦਾ ਉਹਨੂੰ ਘੱਟ ਤੋਂ ਘੱਟ 9 ਮਹੀਨੇ ਤੱਕ ਉਹਦੀ ਮਾਂ ਗੋਦ ਵਿੱਚ ਪਾ ਕੇ ਵਾਹਿਗੁਰੂ ਦਾ ਸਿਮਰਨ ਕਰਾਵੇ, ਵਾਹਿਗੁਰੂ ਦੇ ਸ਼ਬਦ ਨਾਲ ਜੋੜੇ ਉਹਨੂੰ। ਤੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸਾਂ, ਗੁਰੂ ਕੇ ਸਿੱਖੋ, ਜੈ ਪ੍ਰਸਾਦ ਬਸੇ ਕੀ ਕਰਿਆ ਕਰ, ਇਸੇ ਧਿਆਏ ਸਦਾ ਮਨ, ਜੈ ਪ੍ਰਸਾਦ ਅਰੋਗ ਕੰਚਨ ਦੇਈ ਲਿਵ ਲਾਭੋ। ਉਸ ਪਿਆਰ ਕਰਨ ਵਾਲੇ ਰਾਮ ਦੇ ਨਾਲ ਤੂੰ ਪਿਆਰ ਕਰਿਆ ਕਰ, ਜਿਹਦੀ ਕਿਰਪਾ ਨਾਲ ਵੇਖ ਤੈਨੂੰ ਕੋਈ ਰੋਗ ਨਹੀਂ ਲੱਗਾ।
ਬਾਲਾ ਪ੍ਰੀਤਮ ਪਾਤਸ਼ਾਹ ਦੀ ਅੱਜ ਗੋਦ ਵਿੱਚ ਬੈਠਾ ਹੈ, ਇਹਦੀ ਤੇ ਮਹਿਮਾ ਹੀ ਇੰਨੀ ਵੱਡੀ ਹੈ। ਜਿਨ੍ਹਾਂ ਦਿਨਾਂ ਚ ਕਰੋਨਾ ਹੋਇਆ ਸੀ ਨਾ, ਆਖੋ ਵਾਹਿਗੁਰੂ ਗੱਜ ਕੇ ਬੋਲੋ, ਤੇ ਬੰਗਲਾ ਸਾਹਿਬ ਮੱਥਾ ਟੇਕਣ ਵਾਲੀ ਜਿੰਨੀ ਸੰਗਤ ਆਉਂਦੀ ਸੀ ਉਹਨਾਂ ਨੂੰ ਕਹਿੰਦੇ ਸੀ ਮੂੰਹ ਤੇ ਕੱਪੜਾ ਤੁਸੀਂ ਵੀ ਬੰਨ ਲਓ। ਤੇ ਦਾਸ ਨੇ ਕਥਾ ਕਰਦਿਆਂ ਕਿਹਾ ਸੀ ਇੱਥੇ ਵੀ ਕੱਪੜੇ ਦੀ ਜ਼ਰੂਰਤ ਆ, ਜਿਸ ਡਿੱਠੇ ਤੇ ਸੱਚੀ ਮੁੱਚੀ ਜਿੰਨਿਆਂ ਨੇ ਨੰਗੇ ਮੂੰਹ ਬਹਿ ਕੇ ਉੱਥੇ ਕਥਾ ਸੁਣੀ, ਜਿੰਨਿਆਂ ਨੇ ਦਰਸ਼ਨ ਕੀਤੇ ਕਿਸੇ ਦਾ ਵਾਲ ਨੀਵੇਂਗਾ ਹੋਇਆ, ਇਹ ਮਹਿਮਾ ਨੂੰ ਘਟਾਉਂਦੇ ਕਿਉਂ ਜੇ? ਵੀ ਗੁਰਦੁਆਰੇ ਆਣ ਕੇ ਮੂੰਹ ਦੇ ਉੱਤੇ ਤੁਸੀਂ ਉਹ ਸਕਾਬ ਜਿਹਾ ਬੰਨੋ, ਪਤਾ ਨੀ ਉਹਨੂੰ ਕੀ ਕਹਿੰਦੇ ਸੀ, ਆਖੋ ਵਾਹਿਗੁਰੂ। ਉਹ ਕੁਛ ਬੰਨਣ ਦੀ ਜ਼ਰੂਰਤ ਨਹੀਂ ਜਦੋਂ ਤੁਸੀਂ ਇਸ ਬਾਪੂ ਦੀ ਗੋਦ ਚ ਆ ਗਏ, ਗੋਦ ਚ ਬਹਿ ਕੇ ਤੇ ਹੋਰ ਆਨੰਦ ਆ। ਉਹ ਤੇ ਕਹਿੰਦਾ ਜਿਸ ਡਿੱਠੇ ਜਿਹਦੇ ਦੀਦਾਰ ਕੀਤਿਆਂ ਹੀ, ਇੱਕ ਨਹੀਂ ਦੋ ਨਹੀਂ, ਕਰੋਨਾ ਕਿਹਦੀ ਪਾਣੀ ਆ ਰਿਹਾ, ਕਰੋਨਾ ਕਿਹੜੀ ਚੀਜ਼ ਆ? ਉਹ ਤੇ ਕਹਿੰਦਾ ਜਨਮਾਂ ਦੇ ਦੁੱਖ, ਇੱਕ ਦੁੱਖ ਸਭ ਤੋਂ ਵੱਡਾ ਲੱਗਾ ਗੁਰੂ ਕੇ ਸਿੱਖੋ, ਚੇਤਾ ਰੱਖਿਓ, ਜਿਹੜੇ ਜਿਹੜੇ ਜੁੜੇ ਹੋ ਜੰਮਣ ਦਾ ਤੇ ਮਰਨ ਦਾ, ਬੋਲੋ ਭਲਾ। ਜਿਹਨੂੰ ਪਤਾ ਸੀ ਨਾ ਦੁੱਖ ਕਿਹੜਾ ਅਸਲੀ, ਉਹਨੂੰ ਪਤਾ ਸੀ ਕੰਨ ਪੀੜ ਦੁੱਖ ਨਹੀਂ, ਸਦੀਵੀ ਨਹੀਂ, ਸਿਰ ਪੀੜ ਸਦੀਵੀ ਨਹੀਂ, ਪਰ ਇਹ ਦੁੱਖ ਸਦੀਵੀ ਨਹੀਂ। ਕਬੀਰ ਦੂਜੇ ਦੀ ਅੱਖ ਖੁੱਲੀ, ਜਿਹਨੂੰ ਪਤਾ ਸੀ ਅਸਲੀ ਦੁੱਖ ਕਿਹੜਾ ਹੈ, ਉਹਨੇ ਰੋ ਕੇ ਆਖਿਆ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਇੱਕ ਦੁੱਖ ਰਾਮ ਰਾਏ। ਤੇ ਲੋਕਾਂ ਨੇ ਪੁੱਛਿਆ ਕਬੀਰ ਤੂੰ ਇੰਨੀ ਬੰਦਗੀ ਵਾਲਾ, ਤੈਨੂੰ ਕਾਹਦਾ ਦੁੱਖ ਲੱਗਾ? ਤੇ ਉਹਨੇ ਆਹ ਦੁੱਖ ਦੱਸਿਆ ਸੀ ਜੰਮਣਾ ਤੇ ਮਰਨਾ। ਅਗਨ ਦਹੇ ਨਹੀਂ ਉਹਦੀ ਬਾਣੀ, ਅਗਨ ਦਹੇ ਅਰ ਗਰਭ ਬਸੇਰਾ, ਇਤਨਾ ਪੁੱਠਾ ਲਟਕਿਆ ਸਾਂ ਗਰੀਬ ਨਵਾਜ ਜੀ, ਕਬੀਰ ਕਹਿ ਰਿਹਾ ਕਬੀਰ ਇਤਨਾ ਪੁੱਠਾ ਲਟਕਿਆ ਸਾਂ, ਤੇ ਉੱਤੇ ਅੱਗ ਬਲ ਰਹੀ ਸੀ ਦੋਵੇਂ ਪਾਸੇ, ਜਿਤਨਾ ਭਾਂਡਾ ਘੜਨਾ ਹੋਵੇ ਤੇ ਚਾਰ ਚਪੇਰੇ ਅੱਗ ਬਾਲੀ ਦੀ, ਜਿੱਥੇ ਅਗਨ ਭਖੇ ਪੜਹਾਰੇ ਉਰਦ ਮੁੱਖ ਮਹਾ ਗੁਬਾਰੇ, ਸਾਸ ਸਾਸ ਸੰਭਾਲੇ ਸੋਈ ਉੱਥੇ ਖਸਮ ਛਡਾਏ ਲਿਆ। ਬਾਬਾ ਕਬੀਰ ਕਹਿੰਦਾ ਹੇ ਮੇਰੇ ਰਾਮ ਰਾਏ, ਇੱਕ ਦੁੱਖ ਜਿਹੜਾ ਮੈਨੂੰ ਲੱਗਾ ਉਹ ਕੱਟ ਦੇ। ਗੁਰੂ ਕੇ ਸਿੱਖੋ ਸੁਣ ਰਹੇ ਹੋ, ਇਕਾਗਰਤਾ ਬਣੀ, ਮੇਰਾ ਇੱਕ ਦੁੱਖ ਕੱਟ ਦਿਓ। ਤੁਸੀਂ ਕਦੀ ਅਰਦਾਸ ਨਹੀਂ ਇੱਥੇ ਆਣ ਕੇ ਕੀਤੀ ਵੀ ਗਰੀਬ ਨਵਾਜ ਸਿਰ ਪੀੜ ਨਹੀਂ, ਅੱਜ ਕੰਨ ਪੀੜ ਨਹੀਂ, ਇਹਦੀ ਤੇ ਦਵਾਈ ਦੁਕਾਨ ਤੋਂ ਮਿਲ ਜੂਗੀ, ਕਾਹਦੀ ਕੰਨ ਪੀੜ ਦੀ? ਕੋਈ ਦੁਨੀਆਂ ਤੇ ਡਾਕਟਰ ਨਹੀਂ ਜਿਹੜਾ ਇਹ ਦਵਾਈ ਦਵੇ ਜਿਹਦੇ ਨਾਲ ਤੁਹਾਡਾ ਆਉਣ ਜਾਣ ਮਿਟ ਜਾਏ, ਤੁਹਾਡਾ ਜੰਮਣ ਮਰਨ ਮਿਟ ਜਾਏ। ਆਖੋ ਵਾਹਿਗੁਰੂ। ਕੋਈ ਦੁਨੀਆਂ ਤੇ ਡਾਕਟਰ ਨਹੀਂ, ਕੋਈ ਦੁਨੀਆਂ ਦੀ ਦਵਾਈ ਨਹੀਂ ਇਹੋ ਜੀ, ਇਹਦੀ ਦਵਾਈ ਕੇਵਲ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਅਰ ਗਰਭ ਕਾਇਆ ਬਬੂਤੀ ਬਹੁ ਵਿਦ ਭਾਤੀ ਕੋ ਜਾਰੇ ਕੋ ਗੱਡਲੇ ਮਾਟੀ। ਇਹ ਤੇ ਬੜਾ ਵੱਡਾ ਪਵਾੜਾ ਹੈ, ਕੋਈ ਸਾੜ ਦਿੰਦਾ ਕੋਈ ਮਿੱਟੀ ਚ ਦੱਬ ਦਿੰਦਾ ਹੈ, ਮਹਾਰਾਜ ਮੇਰਾ ਦੁੱਖ ਕੱਟ ਦਿਓ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਜਿਸ ਮਾਲਕ ਨੇ ਤੈਨੂੰ ਸੋਨੇ ਵਰਗੀ ਦੇਹ ਦਿੱਤੀ, ਜਿਸ ਮਾਲਕ ਨੇ ਤੈਨੂੰ ਘਰ ਦਿੱਤਾ, ਇੱਕ ਵਚਨ ਹੋਰ ਬੜਾ ਬਰੀਕ ਜੇ, ਅੱਜ ਭੱਜਾ ਫਿਰ ਰਹੇ, ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਆਉਂਦੀ ਬਾਣੀ ਜੀ? ਅਰਥ ਵੀ ਆਉਂਦਾ ਭਾਣ ਨੂੰ, ਅਰਥ ਨਹੀਂ ਆਉਂਦਾ, ਅਰਥ ਨਹੀਂ ਆਉਂਦਾ।
ਛਿੱਦਰ ਮੰਨਦਾ ਦਾ ਛੇਕ, ਮੇਰੇ ਕਰੈਕਟਰ ਵਿੱਚ ਕਿੰਨੇ ਛੇਕ ਨੇ ਪਕੜ ਰਹੇ ਹੋ ਜੀ, ਮੇਰੇ ਕਿਰਦਾਰ ਵਿੱਚ ਮੇਰੇ ਚਿੱਟੇ ਦਾੜੇ ਦੇ ਥੱਲੇ ਟੱਕੇ, ਮੇਰੀ ਗੋਲ ਪੱਗ ਨੇ ਮੇਰੇ ਉਹ ਛੇਕ ਟੱਕੇ। ਲੋਕੀ ਕਹਿੰਦੇ ਕੈਮਰਾ ਮਾਰ ਕੇ ਵੇਖਣਾ ਇਹ ਤੇ ਗੁਰਮੁਖ ਬੰਦਾ ਏ, ਮਗਰ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਸ ਮਾਲਕ ਨੇ ਤੇਰੇ ਪਰਦੇ ਟੱਕੇ ਨੇ ਤੈਨੂੰ ਵੀ ਪਤਾ ਵੀ ਮੈਂ ਗੁਨਾਹਗਾਰ ਹਾਂ। ਇੱਕ ਵਾਰ ਬੋਲੋ ਭਲਾ ਮੇਰੀਆਂ ਅੱਖਾਂ ਚੱਖਾਂ ਪਾ ਕੇ, ਮੈਨੂੰ ਵੀ ਪਤਾ ਹੈ ਵੀ ਮੈਂ ਮੰਨਦੇ ਹੋ ਕਾਮ ਕ੍ਰੋਧ ਲੋਭ ਮੋਹ ਭਰੇ ਹਮ ਅਪਰਾਧੀ। ਕਾਮ ਨਾਲ ਭਰੇ ਕਿ ਨਹੀਂ, ਲੋਭ ਨਾਲ ਮੋਹ ਨਾਲ ਹੰਕਾਰ ਨਾਲ ਭਰੇ ਹਾਂ ਕਿ ਨਹੀਂ, ਤੇ ਇੰਨੇ ਹੰਕਾਰੀ ਆ। ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਵੀ ਇਹ ਸਾਰੇ ਤੇਰੇ ਛੇਕ, ਤੈਨੂੰ ਕਾਮ ਦਾ ਛੇਕ, ਤੈਨੂੰ ਕ੍ਰੋਧ ਦਾ ਛੇਕ। ਇੱਥੇ ਤੂੰ ਬੜਾ ਸੰਗਤ ਵਿੱਚ ਹੱਸਦਾ ਹੈ, ਕਿਤੇ ਔਰਤ ਨਾਲ ਐਖ ਹੈ ਹੋ ਜੇ ਤੇ ਇਤਰਾ ਕਰਦਾ ਹੈ, ਗੁੱਸੇ 'ਚ ਆਉਂਦਾ ਹੈ, ਆਉਂਦਾ ਹੈ ਕਿ ਨਹੀਂ ਬੋਲੂ। ਕਿਤੇ ਆ ਮੇਰੀ ਭੈਣ ਨੂੰ ਬੱਚਾ ਬੱਚੇ ਨੂੰ ਕਿਸੇ ਨੂੰ ਗੁੱਸਾ ਆ ਜੇ, ਇਹ ਭਾਂਡੇ ਸੁੱਟ ਦਿੰਦੀ, ਸੁੱਟਦੀਆਂ ਕਿ ਨਹੀਂ, ਬੋਲੋ ਨਾ ਗੁਰੂ ਕਿਰਪਾ। ਇਹ ਸਾਰੇ ਛੇਦ ਸਾਡੇ 'ਚ ਹੈਗੇ ਨੇ, ਮਗਰ ਉਹਦੀ ਕਿਰਪਾ ਨਾਲ ਇਹ ਟੱਕੇ ਆ। ਉਹਨੇ ਕਿਸੇ ਨੂੰ ਪਤਾ ਨਹੀਂ ਲੱਗਣ ਤਾਂ ਤੇਰਾ ਵੀ ਤੇਰੇ ਦੋ ਸਰੂਪ ਨੇ, ਗੁਰਦੁਆਰੇ ਤੂੰ ਹੋਰ ਏ ਤੇ ਘਰ ਤੋਂ, ਫਿਰ ਦੁਕਾਨ ਤੇ ਤੂੰ ਹੋਰ ਏ ਤੇ ਸੰਗਤ ਵਿੱਚ ਤੂੰ। ਇਹ ਸਾਰੇ ਪਰਦੇ ਢੱਕਣ ਵਾਲੇ ਦਾ ਨਾਮ ਹੀ ਗੁਰੂ ਗ੍ਰੰਥ ਸਾਹਿਬ ਜੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਛਿਦਰ ਮਣੇ ਕੀ ਦੱਸਿਆ ਬੋਲੋ, ਛੇਕ ਹੈਗੇ ਕਿ ਨਹੀਂ ਸਾਡੇ, ਤੇ ਉਹਨੇ ਢੱਕਤੇ। ਉਹਨੇ ਕਿਹਾ ਚੱਲ ਕੋਈ ਗੱਲ ਨੀ, ਪਤਾ ਨਾ ਲੱਗਣ ਦਿਓ, ਏਡੇ ਸੋਹਣੇ ਸਰੂਪ ਨੂੰ ਲੋਕੀ ਕਹਿਣਗੇ ਯਾਰ ਇਤਰਾਂ ਦਾ ਸੋਹਣਾ ਸਰੂਪ ਆ ਕਰਤੂਤੇ ਦੀ ਹੈ। ਉਹਨੇ ਸਾਡੇ ਪਰਦੇ ਢੱਕੇ, ਤੇਰੇ ਸਗਲ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ। ਮੇਰਿਆ ਮਨਾ ਤੇਰਾ ਵੀ ਦਾਇਤ ਬਣਦਾ ਹੈ, ਤੇਰਾ ਹੱਕ ਬਣਦਾ ਹੈ, ਤੇਰਾ ਫਰਜ਼ ਬਣਦਾ ਹੈ ਵੀ ਤੂੰ ਉਸ ਮਾਲਕ ਦੇ ਚਰਨਾਂ 'ਚ ਡਿੱਗੇ ਜਿਹਨੇ ਤੇਰੇ ਸਾਰੇ ਛਿਦਰ ਟੱਕੇ ਨੇ, ਪੜਦੇ ਟੱਕੇ ਨੇ। ਚਾਹੀਦਾ ਕਿ ਨਹੀਂ ਬੋਲੋ। ਅੱਗੇ ਲਿਖਿਆ ਜੈ ਪ੍ਰਸਾਦ ਤੇਰੀ ਪੱਤ ਰਹੇ, ਤੇਰੀ ਪੱਤ ਮਣੇ ਕੀ ਹੁੰਦਾ ਪੁੱਤ, ਉਹ ਚਿੱਟੇ ਪਰਨੇ ਵਾਲੇ ਬੋਲੋ, ਇੱਜ਼ਤ ਪੱਤ ਰੱਖੀ ਕਿ ਨਹੀਂ ਉਹਨੇ। ਕਦੀ ਇਸ ਤਰ੍ਹਾਂ ਦੀ ਘੜੀ ਆਈ ਜੀ ਘਰ 'ਚ ਰੋਟੀ ਨਹੀਂ ਪੱਕੀ, ਕੋਈ ਘੜੀ ਇਸ ਤਰ੍ਹਾਂ ਦੀ ਆਈ ਜਦੋਂ ਪਾਉਣ ਨੂੰ ਕੱਪੜਾ ਨਹੀਂ ਕੋਲ ਹੈਗਾ। ਉਹਨੇ ਤੇਰੀ ਪੱਤ ਰੱਖੀ ਹੈ ਨਾ, ਅੱਖ ਵਾਹਿਗੁਰੂ। ਜੇ ਪ੍ਰਸਾਦ ਤੇਰੀ ਪੱਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ, ਗੁਰੂ ਦੀ ਕਿਰਪਾ ਨਾਲ ਕਹਿ ਫਿਰ ਵਾਹਿਗੁਰੂ ਵਾਹਿਗੁਰੂ ਉੱਚੀ। ਸਤਸੰਗਤ ਦੀਆਂ ਘੜੀਆਂ ਰੋਜ਼ ਨਹੀਂ ਮਿਲਣੀਆਂ। ਵਾਹਿਗੁਰੂ 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 ਵਾਹਿਗੁਰੂ।
ਚੜਦੇ ਜੇ ਰੰਗ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਕੱਪੜੇ ਰੰਗਾਉਣ ਜਾਂਦੇ ਆ ਨਾ ਲਲਾਰੀ ਕੋਲ, ਲਲਾਰੀ ਕੋਲ ਉਹਦੇ ਕੋਲ ਇੱਕ ਚੀਜ਼ ਹੁੰਦੀ ਜਿਹਦੇ ਕੱਪੜੇ ਪਾ ਕੇ ਰੰਗਦਾ। ਚੇਤਾ ਰਹਿ ਗਿਆ ਕਿ ਹੁਣ ਸ਼ਹਿਰ ਜਾਣ ਕੇ ਭੁੱਲ ਗਏ? ਚੇਤਾ ਜੇ ਮੱਟ, ਇੱਕ ਮੱਟ ਹੁੰਦਾ ਜਿਹਦੇ 'ਚ ਉਹ ਕੱਪੜੇ ਪਾ ਦਿੰਦਾ ਹੈ ਅਤੇ ਉਹਦੇ ਵਿੱਚ ਸੋਟੀ ਨਾਲ ਇਤਨਾ ਇਤਨਾ ਘੁਮਾਉਂਦਾ ਹੈ ਅਤੇ ਫਿਰ ਕੱਢ ਕੇ ਰੰਗ ਕੇ ਬਾਹਰ ਕੱਢਦਾ ਹੈ। ਮੈਨੂੰ ਕਿਸੇ ਨੇ ਪੁੱਛਿਆ ਤੂੰ ਕਹਿੰਦਾ ਸੈਂ ਵੀ ਗੁਰੂ ਵੀ ਲਲਾਰੀ ਹੈ? ਆਖੋ ਵਾਹਿਗੁਰੂ। ਇੱਕ ਵਾਰ ਦੱਸੋ ਨਾ ਕੀ? ਗੁਰੂ ਵੀ ਅਤੇ ਕੱਪੜੇ ਰੰਗਦਾ ਹੈ। ਉਹ ਕੱਪੜੇ ਰੰਗਦਾ ਹੈ, ਮਨ ਰੰਗਦਾ ਹੈ। ਗੁਰੂ ਕੀ ਰੰਗਦਾ? ਸਾਰਿਆਂ ਨੂੰ ਆਵਾਜ਼ ਮਾਰਦਾ, ਮਨ ਰੰਗੋ ਵੱਡ ਭਾਗੀਓ, ਮਨ ਰੰਗੋ ਵੱਡ ਭਾਗੀਓ, ਮਨ ਗੁਰ ਤੁਠਾ ਕਰੇ ਪਸਾਓ, ਗੁਰ ਤੁਠਾ ਕਰੇ ਪਸਾਓ, ਗੁਰ ਮਨ ਰੰਗੋ। ਇੱਥੇ ਮਨ ਰੰਗੇ ਜਾਂਦੇ ਨੇ। ਇੱਕ ਵਾਰ ਬੋਲੋ ਸਾਰੇ, ਕੀ ਰੰਗਿਆ ਜਾਂਦਾ? ਤਨ ਨਹੀਂ, ਇੱਥੇ ਮਨ ਰੰਗਿਆ ਜਾਂਦਾ। ਆਖੋ ਵਾਹਿਗੁਰੂ। ਤੇ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਇਹ ਕਿਹਾ ਵੀ ਸਤਸੰਗਤ ਜਿਹੜੀ ਹੈ ਨਾ ਇੱਕ ਮੱਟ ਹੈ, ਮੱਟ ਹੈ। ਆ ਜਿੰਨੇ ਤੁਸੀਂ ਮੇਰੀਆਂ ਭੈਣਾਂ ਵੀਰ ਬੱਚੇ ਬੈਠੇ ਹੋ ਨਾ, ਬਜ਼ੁਰਗ ਬੈਠੇ, ਬੱਚੇ ਬੈਠੇ, ਇਹ ਸਾਰੇ ਕੱਪੜੇ ਨੇ। ਇਹ ਸਾਰੇ ਕੀ ਨੇ ਜੀ? ਹਰ ਨਾਮਾ ਹਰ ਰੰਗ ਹੈ। ਇੱਥੇ ਕੋਈ ਹੋਰ ਲਾਚੀਆਂ ਨਹੀਂ ਦਿੰਦਾ, ਸਵਾਹ ਦੀ ਪੁੜੀ ਨਹੀਂ ਦਿੰਦਾ, ਕੇਵਲ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬੋੜ ਨਾ ਹੋਵੀ। ਇੱਕ ਗੱਲ ਚੇਤੇ ਰੱਖਿਓ, ਨੰਗੇ ਨਾਲ ਜੇ ਗੱਗੇ ਨਾਲ ਨਹੀਂ ਜੇਥੇ। ਉਹ ਚਿੱਟੇ ਚੁੰਨੀ ਵਾਲੀ ਮੇਰੀ ਧੀ, ਪਤਾ ਲੱਗਾ ਮੈਂ ਕੀ ਗਿਆ? ਕੀ ਭਲਾ? ਇਹ ਜਿਹੜਾ ਰੰਗ ਅਸੀਂ ਬੋਲਦੇ ਹਾਂ ਨਾ ਸ਼ਬਦ, ਇਹ ਨੰਗੇ ਨਾਲ ਆ, ਗੱਗੇ ਨਾਲ ਨਹੀਂ। ਮਨ ਰੰਗੋ ਵੱਡ ਭਾਗੀਓ, ਮਨ ਰੰਗੋ ਵੱਡ ਭਾਗੀਓ, ਮਨ ਕਾਹਦੇ ਨਾਲ ਰੰਗੀਏ? ਹਰ ਨਾਮਾ ਹਰ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਹਰ ਰੰਗ ਮਜੀਠੇ ਰੰਗ, ਹਰ ਰੰਗ ਮਜੀਠੇ ਰੰਗ, ਹਰ ਤੁਸੀਂ ਬੈਠੇ ਹੋ ਨਾ ਹੁਣ, ਜਿਹੜੇ ਤੁਸੀਂ ਕਹਿੰਦੇ ਬਾਰ 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 ਵਾਹਿਗੁਰੂ ਘੁਵਾਉਂਦੇ ਹੋ, ਨੋਟ ਕਰੋ, ਇਹ ਰੰਗ ਗੁਰੂ ਖੁਸ਼ ਹੋਇਆ ਹੋਵੇ ਤਾਂ ਚੜ੍ਹਦਾ ਹੈ। ਕਿਸੇ ਨੂੰ ਪੈਸੇ ਦਾ ਚੜ੍ਹ ਲੈਂਦਾ? ਗੁਰਦੁਆਰੇ ਆਉਂਦੇ ਉਹਨਾਂ ਨੂੰ ਮਾਲੋ ਮਾਲ ਕਰ ਦਿੰਦਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਮਗਰੋਂ ਗੱਲਾਂ ਕਰਦਾ ਜੀ ਮੈਂ ਇੰਨੇ ਦਿਨ ਗੁਰਦੁਆਰੇ ਲਗਾਤਾਰ ਗਿਆ, ਮੇਰੇ ਕੋਲ ਬੜੀ ਮਾਇਆ, ਉਹਨੂੰ ਰੰਗ ਕਾਹਦਾ ਚੜ੍ਹ ਗਿਆ? ਕੋਈ ਗੱਲ ਨਹੀਂ, ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗਿਆ ਉਹਨੇ ਦੇ ਦਿੱਤਾ। ਕਿਸੇ ਨੂੰ ਧੀਆਂ ਪੁੱਤ ਦੇ ਦਿੱਤੇ, ਕਿਸੇ ਨੂੰ ਗੱਡੀਆਂ ਦੇ ਦਿੱਤੀਆਂ,
ਮਗਰ ਜਿਨ੍ਹਾਂ ਤੇ ਉਹ ਦਿਆਲੂ ਗੁਰ ਤੁੱਠੇ, ਜਿੱਥੇ ਤੁੱਠਾ ਗੁਰ ਤੁੱਠੇ, ਪੈਸੇ ਦਾ ਰੰਗ ਨਹੀਂ ਚੜਿਆ, ਹਰ ਰੰਗ ਚਾੜਿਆ, ਫਿਰ ਇਹ ਜਿਹੜਾ ਚਾੜਿਆ ਰੰਗ ਬੌੜ ਨਾ ਹੋਵੀ ਭੰਗ, ਬੌੜ ਨਾ ਹੋਵੀ ਭੰਗ ਨੀ ਭੰਗ। ਤੇ ਤੁਸੀਂ ਇਹਨਾਂ ਕੁ ਚੇਤਾ ਰੱਖੋ, ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹੋ, ਸਮਝ ਲਓ ਮੱਟ ਵਿੱਚ ਸਤਸੰਗਤ ਰੂਪੀ ਮੱਟ ਵਿੱਚ ਪਾ ਕੇ ਗੁਰੂ ਕੀ ਕਰ ਰਿਹਾ, ਉੱਚੀ ਬੋਲੋ ਰੰਗ ਚੜਾ ਰਿਹਾ, ਲਾਈ ਦਾ ਨੀ ਰੰਗ ਚੜਾ ਰਿਹਾ। ਤੇ ਜਿੰਨੀ ਵਾਰ ਵਾਹਿਗੁਰੂ 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 ਆਖੋ ਸਤਨਾਮ ਸਿੰਘ। ਦੋ ਸਲੋਕ ਬਾਬਾ ਫਰੀਦ ਜੀ ਦੇ ਰਿਕਾਰਡਿੰਗ ਹੋ ਰਹੀ, ਉਹਦੇ ਵਿੱਚ ਜਿਹੜੇ ਸਲੋਕ ਅੱਜ ਦੇ ਨੇ, ਫਰੀਦਾ ਕੰਤਰਗਾਵਲਾ। ਇੱਕ ਵਾਰ ਸਾਰੇ ਗੋਡਿਆਂ ਤੇ ਹੱਥ ਰੱਖੋ, ਲੱਕ ਦੀ ਹੱਡੀ ਸਿੱਧੀ ਕਰੋ, ਇਸ ਤਰ੍ਹਾਂ ਬਹਿਣ ਨੂੰ ਕਿਹਾ ਹੈ। ਰੋਜ਼ ਦੇ ਦੀਵਾਨਾਂ 'ਚ ਕਹਿਣ ਡਿਆ ਗੁਰੂ ਸਾਡੀਆਂ ਚਾਰ ਚੀਜ਼ਾਂ ਵਹਿੰਦਾ ਹੈ, ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ। ਆਖੋ ਵਾਹਿਗੁਰੂ। ਫਿਰ ਅਗਲੇ ਦੀਵਾਨਾਂ ਵਿੱਚ ਸਹੀ ਚੌਹਾਂ ਦੀ ਵਿਆਖਿਆ ਕਰੂੰਗਾ। ਪਿਛਲੇ ਗੁਰਦੁਆਰੇ ਪੁੱਛਦਾ ਸੀ ਇੱਕ, ਮੈਨੂੰ ਦੱਸੋ ਬਹਿਣੀ, ਰਹਿਣੀ, ਕਹਿਣੀ, ਸਹਿਣੀ 'ਚ ਗੁਰੂ ਕੀ ਕਹਿਣਾ ਚਾਹੁੰਦਾ। ਮੈਂ ਬਹਿਣੀ ਬਾਰੇ ਤੁਹਾਨੂੰ ਇੰਨਾ ਕਹਿ ਦਿੰਦਾ ਵੀ ਗੁਰੂ ਦੀ ਸੰਗਤ 'ਚ ਇਤਰਾਂ ਬੈਠੀਦਾ ਹੈ, ਇਤਰਾਂ ਜਿਸ ਤਰ੍ਹਾਂ ਹੰਸ ਮੋਤੀ ਚੁਗਦੇ। ਹੰਸ ਕਿੱਥੋਂ? ਮਾਨ ਸਰੋਵਰ ਤੋਂ। ਇਹ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚੋਂ ਤੁਸੀਂ ਮੋਤੀ ਚੁਗਣੇ। ਗੁਰੂ ਦੇ ਬਚਨਾਂ ਦੇ ਭਾਵ ਨੂੰ ਸਮਝਣਾ ਹੈ, ਇਹ ਮੋਤੀ ਨੇ, ਤੁਸੀਂ ਹੰਸੋ। ਜਿੰਨੇ ਪਿਆਰੀਆਂ ਮੇਰੀਆਂ ਧੀਆਂ ਵੀਰ ਬੈਠੇ ਹੋ, ਰੂਹਾਂ ਕਰਕੇ ਤੁਸੀਂ ਕੀ ਹੋ? ਹੰਸਿਓ। ਤੇ ਕੇਵਲ ਹੰਸ ਹੀ ਹੁੰਦਾ ਹੈ ਜਿਹੜਾ ਮਾਨ ਸਰੋਵਰ ਤੇ ਬਹਿੰਦਾ ਹੈ। ਬਗਲਾ ਕਾਗ ਨਾ ਰਹੀ ਸਰਵਰ, ਸਰੋਵਰ ਤੇ ਨਾ ਬਗਲਾ ਬਹਿੰਦਾ ਨਾ ਕਾਂ ਬਹਿੰਦਾ ਹੈ, ਹੰਸ ਬਹਿੰਦੇ ਨੇ, ਚੁਗਦੇ ਨੇ। ਵਾਹਿਗੁਰੂ 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 ਤਗੜੇ ਹੋ। ਆਖੋ ਸਤਨਾਮ ਸ੍ਰੀ ਬਾਬਾ ਫਰੀਦ ਜੀ। ਕਹਿੰਦੇ ਫਰੀਦਾ ਕੰਤ, ਕੰਤ ਬਣੇ ਕੀ ਹੁੰਦਾ ਜੀ? ਕਿਹਨੂੰ ਕਹਿੰਦੀਆਂ ਜੀ ਕੰਤ? ਪਤੀ ਨੂੰ। ਉਹ ਜਿਹੜਾ ਪਤੀ ਪਰਮੇਸ਼ੁਰ ਵਾਹਿਗੁਰੂ ਆ ਨਾ, ਰੰਗਾਵਲਾ, ਰੰਗਾਵਲਾ ਮੈਨੂੰ ਸੋਹਣਾ, ਬੜਾ ਸੋਹਣਾ ਹੈ। ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਿਆ ਕੀ ਜੀ ਗੁਰੂ, ਅਰੇ ਅਸੀਂ ਵੇਖੇ ਹੀ ਬੜੇ ਬੜੇ ਢਿੱਡਲ ਬਾਬੇ ਆ ਜਿਨ੍ਹਾਂ ਦੇ ਮੂੰਹ ਚੋਂ ਬੋ ਆ ਰਹੀ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਵੇਖਿਆ। ਜਿਨ ਸਤਿਗੁਰ ਪਿਆਰਾ ਦੇਖਿਆ, ਬੋਲੋ ਹਾਂ, ਇਸ ਤਰ੍ਹਾਂ ਨਹੀਂ। ਇੱਕ ਵਾਰ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕਰੋ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਾਂ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਹਾਰੀ। ਐਸੇ ਮੇਰੇ ਸਤਿਗੁਰੂ ਦੇ ਬਾਰੇ ਲਿਖਿਆ, ਫਰੀਦਾ ਕੰਤ ਰੰਗਾਵਲਾ, ਪਤੀ ਮੇਰਾ ਬੜਾ ਸੋਹਣਾ ਹੈ, ਵੱਡਾ, ਸਭ ਤੋਂ ਵੱਡਾ ਹੈ। ਇੱਕ ਸਿਵਤੋਂ ਦੀ ਉਹ ਹੈ
ਉਹ ਬੇਮੁਹਤਾਜ, ਵੱਡਾ ਬੇਮੁਹਤਾਜ, ਉਹਨੂੰ ਕਿਸੇ ਦੀ ਉੱਚੀ ਬੋਲੋ ਬੇਮੁਹਤਾਜ ਹੈ। ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਬੇਮੁਹਤਾਜ। ਉਹ ਗੁਰੂ ਕੇ ਸਿੱਖੋ, ਪਿਆਰ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਪਰਦੋ ਆਲਮ ਸ਼ਾਹ। ਹੌਲੀ ਓ ਹੱਕ ਹੱਕ ਆਗਾ, ਏਜ ਦੀ ਮਨਜੂਰ ਨਾਸਰੋ ਮਨਸੂਰ, ਫਰੀਦਾ ਕੰਤ ਰੰਗਾਵਲਾ ਤੇ ਵੱਡਾ ਬੇ। ਮੇਰਾ ਪਤੀ ਬੜਾ ਸੋਹਣਾ ਹੈ ਤੇ ਬੇਮੁਹਤਾਜ ਆ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ। ਅੱਲਾ ਸੇ ਤੀਰਤਿਆਂ, ਉਸ ਰੱਬ ਦੇ ਨਾਲ ਕਿਤੇ ਪ੍ਰੇਮ ਪੈ ਜੇ ਨਾ ਤੇ ਇਹ ਸਚਾਵਾਂ ਸਾਜ, ਐਸਾ ਬਣਦਾ ਹੈ ਉਹਦੇ ਨਾਲ ਪਿਆਰ, ਫਿਰ ਕਿਸੇ ਨਾਲ ਮੁਹਤਾਜੀ ਨਹੀਂ ਰਹਿੰਦੀ। ਜਿਹੜਾ ਉਹਦੇ ਨਾਲ ਬੇਮੁਹਤਾਜ ਨਾਲ ਜੁੜ ਜਾਂਦਾ ਉਹਨੂੰ ਵੀ ਕਿਸੇ ਦੀ ਬੋਲੋ ਧੀਓ। ਕਿਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗਾ ਕੇ ਵੇਖੋ। ਅੱਜ ਤਨੀ ਮੇਰੇ ਕੋਲ ਟਾਈਮ ਹੈਗਾ ਹੁਣ ਕਬਲਜੀਤ ਸਿੰਘ, ਕੱਲ ਦੇ ਦੀਵਾਨ ਵਿੱਚ ਜੇ ਗੁਰੂ ਨੇ ਕਿਰਪਾ ਕੀਤੀ ਤੇ ਇੱਕ ਬਚਨ ਹੈ ਮੈਂਡਾ ਮਾਈ, ਮੈਂਡਾ ਮਾਈ ਬੋਲੋ ਭਲਾ, ਫਿਰ ਬੋਲੋ। ਉਹ ਐਸਾ ਆਸ਼ਕ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਲੋਕੀ ਤੇ ਦੀਵਾਨੀ ਚਵਾਨੀ ਮੱਥਾ ਟੇਕਣ ਡਿਆ ਸੀ ਨਾ, ਉਹ ਛਾਲ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬਹਿ ਗਿਆ। 36 ਸਾਲ ਦਾ ਭਾਈ ਜਗਤਾ ਜੀ ਛਾਲ ਮਾਰ ਕੇ ਇੰਨਾ ਵੀ ਪਿਆਰ ਕਰ ਲਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਕੋਈ ਡਰਦਾ ਦੂਰੋਂ ਖਲੋ ਕੇ ਅਰਦਾਸਾਂ ਕਰਦਾ ਹੈ। ਭਾਈ ਜਗਤੇ ਨੇ ਛਾਲ ਮਾਰ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਲੋਕੀ ਆਖਣ ਇਹਨੂੰ ਧੱਕੇ ਵੱਜਣਗੇ, ਲੋਕੀ ਆਖਣ ਗੁਰੂ ਸਾਹਿਬ ਜੀ ਇਹਨੂੰ ਨਾਰਾਜ਼ ਹੋਣਗੇ। ਤੇ ਮਹਾਰਾਜ ਨੇ ਵੀ ਐਡੀਆਂ ਐਡੀਆਂ 7.5 ਫੁੱਟ ਉੱਚਾ ਕੱਦ ਸੀ ਗੁਰੂ ਗੋਬਿੰਦ ਸਿੰਘ ਦਾ, ਚੌਂਕੜਾ ਮਾਰ ਪਈ ਚਿੱਟੀ ਪੱਗ ਵਾਲਿਆ, 7.5 ਫੁੱਟ ਉੱਚਾ ਕੱਦ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਐਡੇ ਐਡੇ ਭਰੇ ਨੇਤਰਾਂ ਨਾਲ ਵੇਖਿਆ ਵੀ ਇਹ ਤੇ ਦੀਵਾਨਾ ਮਸਤਾਨਾ ਖੀਵਾ ਹੋਇਆ ਹੈ, ਇਹਨੂੰ ਤੇ ਆਪਣੇ ਆਪ ਦੀ ਦਰਸ਼ਨ ਦੇਖਤੀ ਸੁੱਧ ਕੀ ਨਾ ਤੇ ਬੁੱਧ ਕੀ ਨਾ ਤੇ ਮਾਤਮੇ ਨਾ ਮਾਤਾ, ਇਹ ਤੇ ਉਹ ਪਰਵਾਨਾ ਗੁੱਸਾ ਹੀ ਨਾ ਕੀਤਾ। ਉਹਨੇ ਭੱਜ ਕੇ ਛਾਲ ਮਾਰ ਕੇ ਜਦੋਂ ਗਲ ਵਕੜੀ ਪਾ ਲਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਡੀਆਂ ਐਡੀਆਂ ਬਾਹਾਂ ਕਰਕੇ ਲਾ ਕੇ ਗਲ ਨਾਲ ਆਖਿਆ, ਉਹ ਮੈਂਡਾ ਮਾਈ, ਕੀ ਆਖਿਆ ਉਹ ਮੈਂਡਾ ਮਾਈ, ਤੇ ਅੱਗੋਂ ਉਹਨੇ ਵੀ ਆਖਿਆ ਉਹ ਮੈਂਡਾ ਮਾਈ। ਉਹਨੇ ਕਿਹਾ ਉਹ ਮੇਰੇ ਸਾਹਿਬ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਉਹ ਮੇਰੇ ਸਾਹਿਬ। ਗਲਵਕੜੀਆਂ ਪੈ ਗਈਆਂ, ਸਿੱਖਾ ਕਿਤੇ ਗਾਂ ਤੇ ਹੋਏ ਇੱਕ ਵਾਰ, ਤੂੰ ਤਾਂ ਡਰਦਾ ਹੀ ਬੜਾ ਗੁਰੂ ਸਾਹਿਬ ਕੋਲੋਂ। ਇੱਥੇ ਪਿਆਰ ਜਿਹੜਾ ਬੰਦਾ ਆਖੋ ਵਾਹਿਗੁਰੂ, ਜਿਹੜਾ ਕੋਈ ਪ੍ਰਾਣੀ ਜਿਹੜਾ ਕੋਈ ਮਹਾਂਪੁਰਸ਼ ਪਿਆਰ ਕਰਨ ਵਾਲਾ ਹੋਵੇ ਉਹਦੇ ਤੋਂ ਡਰੀਦਾ ਨਹੀਂ ਹੁੰਦਾ, ਪਿਆਰ ਵਧਾਈਦਾ ਹੈ, ਲਾਗੇ ਜਾਈਦਾ ਹੈ। ਆਖੋ ਵਾਹਿਗੁਰੂ। ਅੱਲਾ ਸੇ ਤੀਰਤਿਆਂ ਇਹ ਸਚਾਵਾਂ ਸਾਜ,
ਇਹ ਸਭ ਤੋਂ ਸੋਹਣਾ ਸੁੰਦਰ ਸਾਜ ਹੈ ਵੀ ਜਿਹੜਾ ਬੇਮੋਤਾਜ ਨਾਲ ਜੁੜ ਗਿਆ ਉਹ ਵੀ ਉੱਚੀ ਬੋਲੋ, ਉਹਨੂੰ ਵੀ ਕਿਸੇ ਦੀ ਮੋਤਾਜੀ ਨਾ ਰਹਿ ਗਈ। ਅੱਗੇ ਮੇਰੇ ਸਤਿਗੁਰੂ ਕਹਿੰਦੇ ਫਰੀਦਾ ਦੁੱਖ ਸੁੱਖ ਇੱਕ ਕਰ, ਬੋਲੋ ਹਮਲਾ, ਕੇਵਲ ਸੁਣਨਾ ਹੀ ਨਹੀਂ ਮਹਿਸੂਸ ਕਰਨਾ ਵੀ ਕੀ ਕਹਿ ਰਿਹਾ ਬਾਬਾ, ਦੁੱਖ ਤੇ ਸੁੱਖ ਨੂੰ ਇੱਕੇ ਤਰ੍ਹਾਂ ਸਮਝ। ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਕਾਰ, ਦਿਲ ਵਿੱਚੋਂ ਪਾਪ ਕੱਢ ਦੇ ਤੇ ਦੁੱਖ ਤੇ ਸੁੱਖ ਨੂੰ ਇੱਕ ਸਰੂਪ ਮੰਨਣਾ ਸ਼ੁਰੂ ਕਰ ਦੇ। ਅੱਲਾ ਭਾਵੇ ਸੋ ਭਲਾ, ਜਿਹੜੀ ਗੱਲ ਰੱਬ ਕਰੇ ਆਖਿਆ ਕਰ, ਭਲਾ ਕੀਤਾ ਰੱਬ ਨੇ ਕੀਤਾ ਤੇ ਭਲਾ ਹੀ ਕੀਤਾ। ਜੇ ਰੱਬ ਆਪ ਭਲਾ ਹੈ ਤੇ ਬੁਰਾ ਕਿਸ ਤਰ੍ਹਾਂ ਕਰ ਸਕਦਾ, ਇੱਕ ਵਾਰ ਨੋਟ ਕਰ ਲਓ। ਹਾਂਜੀ, ਬੜੀਆਂ ਮੱਥੇ ਤੇ ਤਿਉੜੀਆਂ ਪਈਆਂ, ਕੀ ਗੱਲ? ਪਿਆਰ ਨਾਲ ਵੇਖੋ ਇੱਕ ਵਾਰ, ਜਿਹੜਾ ਆਪ ਭਲਾ ਹੈ ਨਾ, ਭਲਾ ਉਹ ਕਦੀ ਬੁਰਾ ਭਲਾ ਹੀ ਕਰੂਗਾ। ਅੱਲਾ ਭਾਵੇ ਸੋ ਭਲਾ, ਫਿਰ ਕੀ ਹੋਊਗਾ? ਤਾਂ ਲੱਭੀ ਦਰਬਾਰ, ਤੇਰੀ ਸਮਝ ਤੇ ਪੈ ਜਾਵੇ ਵੀ ਜੋ ਰੱਬ ਨੇ ਕੀਤਾ ਭਲਾ ਹੀ ਕੀਤਾ ਤੇ ਰੱਬ ਦਾ ਘਰ ਲੱਭ ਪੈਂਦਾ। ਜਿਹੜੇ ਲੋਕੀ ਇਹ ਗੱਲ ਕਹਿੰਦੇ ਉਹਨਾਂ ਨੂੰ ਰੱਬ ਦਾ ਘਰ ਲੱਭ ਜਾਂਦਾ, ਤਾਂ ਲੱਭੀ ਦਰਬਾਰ। ਕੱਲ ਅਗਲੇ ਜਵਾਨਾਂ ਵਿੱਚ ਫਿਰ ਹਾਜ਼ਰੀ ਭਰਿਓ। ਅੰਮ੍ਰਿਤ ਵੇਲੇ ਵੀ ਦੀਵਾਨ ਹੈਗੇ ਆ ਭਾਈ ਮਨਪ੍ਰੀਤ ਸਿੰਘ ਸਾਹਿਬ, ਉਹਨਾਂ ਨੇ ਵੇਖੋ ਕਲਯੁਗ ਦੇ ਵਿੱਚ ਆਪ ਜਪਾਏ, ਜਪੇ ਸੋ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਬੋਲਦੇ ਨੀ ਜੇ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਡੇ ਵਾਲਿਆਂ ਤੋਂ ਬਾਅਦ ਜੇ ਕਿਸੇ ਨੇ ਇਹ ਰੀਝ ਰੱਖੀ ਆ ਵੀ ਸਿੱਖ ਨਾਮ ਜਪਣ ਤੇ ਆਪਾਂ ਨੂੰ ਭੱਜ ਭੱਜ ਕੇ ਰਜਾਈਆਂ ਛੱਡ ਕੇ ਆਉਣਾ ਚਾਹੀਦਾ, ਅੰਮ੍ਰਿਤ ਵੇਲੇ ਨਾਮ ਸਿਮਰਨ ਵਿੱਚ ਜੁੜਨਾ ਚਾਹੀਦਾ। ਸਤਿਗੁਰ ਕਿਰਪਾ ਕਰੇ, ਦਾਸ ਨੇ ਵੀ ਵਿਚਾਰ ਕਰਨੀ ਆ, ਇਹਨਾਂ ਨੇ ਸਿਮਰਨ ਕਰਨਾ ਹੈ। ਸਿਮਰਨ ਦੇ ਬਾਰੇ ਜਿੰਨੇ ਬਚਨ ਗੁਰੂ ਕਢਾਊਗਾ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਭੁੱਲੇ ਨਾ ਚਿਤਾਰੇ, ਅਸੀਸ ਦਿਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇਹ ਵੀ ਇੱਕ ਦੁਬਾਰਾ ਫੇਰ ਲਹਿਰ ਚੱਲੀ ਆ ਅੰਮ੍ਰਿਤ ਦੀ। ਜਿਹੜੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਅੰਮ੍ਰਿਤ ਛਕਣਾ, ਜਿਨ੍ਹਾਂ ਨੇ ਅਜੇ ਨਹੀਂ ਛਕਿਆ, ਅੰਮ੍ਰਿਤ ਛਕ ਨੂੰ ਆਪੋ ਆਪਣੇ ਨਾਮ ਲਿਖਾਓ। ਸਤਿਗੁਰੂ ਸਾਰਿਆਂ ਦਾ ਭਲਾ ਕਰੇ ਜੀ, ਉੱਚਾ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।